ਤੁਸੀਂ ਦੱਸੋ ਜੀ ਕਰੋਨਾ ਕਿਵੇਂ ਚੱਲ ਰਿਹਾ ਵਾ? ਸਾਨੂੰ ਤਾਂ ਹੁਣ ਹਿਸਾਬ ਨਹੀਂ ਆਉਂਦਾ ਭਾਵੇਂ ਕਰੋਨਾ ਕਿੱਦਾਂ ਚੱਲ ਰਿਹਾ। ਕਰੋਨਾ ਕਿੱਦਾਂ ਮੈਸੇਜ ਆਇਆ ਥੱਲੇ ਕਹਿੰਦੇ ਕਰੋਨਾ ਕਿੱਦਾਂ ਚੱਲ ਰਿਹਾ? ਕਰੋਨਾ ਪੂਰੇ ਸਪੀਡਾਂ ਤੇ ਹੈ, ਫੁੱਲ ਸਪੀਡਾਂ ਤੇ। ਕਰੋਨੇ ਦਾ ਐਕਚੁਅਲੀ ਸਾਨੂੰ ਹਿਸਾਬ ਨਹੀਂ ਆ ਰਿਹਾ ਜੀ, ਅਸੀਂ ਪੰਜਾਬ ਹਾਂ ਹੁਣ, ਪਤਾ ਨਹੀਂ ਵੀ ਕਰੋਨਾ ਪਹਿਲਾਂ ਤਾਂ ਉਰੇ ਆ ਕੇ ਹਾਲਾ ਲਾਲਾ ਕਰਕੇ ਪਹਿਲਾਂ ਕਰੋਨਾ ਲੰਘ ਗਿਆ, ਹੁਣ ਫਿਰ ਵਿੱਚ ਕਹਿ ਦਿੰਦੇ ਆ ਵੀ ਕਰੋਨਾ ਕਰੋਨਾ ਕਰੋਨਾ, ਅਤੇ ਫਿਰ ਆ ਗਿਆ ਕਰੋਨਾ, ਐਂ ਹੋ ਗਿਆ। ਫਿਰ ਇੱਕ ਵਿੱਚ ਆਹ ਨਹੀਂ ਸਮਝ ਲੱਗਦੀ ਹੈਗੀ ਜਿਹੜੇ ਰੂਲ ਰੈਗੂਲੇਸ਼ਨ ਨਵੇਂ ਆ ਰਹੇ ਆ। ਪਾਣੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜਿਹੜੇ ਰੂਲ ਰੈਗੂਲੇਸ਼ਨ ਨਵੇਂ ਆ ਰਹੇ ਨੇ? ਇੱਕ ਤਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਕਰੋਨਾ ਆਉਂਦਾ ਕਹਿੰਦੇ, ਸ਼ਾਮ ਨੂੰ 8 ਤੋਂ ਸਵੇਰੇ 8 ਤੋਂ 5 ਦਾ ਸਕੈਜੂਲ ਬਣਾਤਾ ਕਹਿੰਦੇ ਵੀ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਤੁਸੀਂ ਬਾਹਰ ਨਹੀਂ ਜਾਣਾ, ਕਿਤੇ ਨਿਕਲਣਾ ਨਹੀਂ। 8 ਤੋਂ 5 ਕੌਣ ਬਾਹਰ ਨਿਕਲਦਾ ਵਾ? 8 ਤੋਂ 9 ਵਜੇ ਤਾਂ ਵੈਸੇ ਲੋਕ ਘਰਾਂ 'ਚ ਵੜ ਜਾਂਦੇ ਨੇ, ਅਤੇ ਪਤਾ ਨਹੀਂ। ਫਿਰ ਵਿੱਚ 8 ਤੋਂ 5 ਵਾਲਾ ਚੱਲਦਾ ਕੰਮ, ਅਤੇ ਦੂਜਾ ਕੀ ਚੱਲਦਾ ਵਾ? ਦੂਜਾ ਹੁਣ ਇਹਨਾਂ ਨੇ ਕਹਿਤਾ ਵੀ ਸਾਰੇ ਦੇ ਸਾਰੇ ਇੱਕ ਵੀਕਐਂਡ ਦੇ ਉੱਤੇ ਆਉਂਦਾ ਵਾ ਉਹ। ਹੋਰ ਤਾਂ ਗੱਲਾਂ ਨਹੀਂ, ਹੋਰ ਕਹਿੰਦੇ ਵੀ ਜੇ ਇੱਕ ਬੰਦਾ ਵੀ ਆਪਣੀ ਗੱਡੀ 'ਚ ਜਾ ਰਿਹਾ, ਇੱਕ ਬੰਦਾ ਗੱਡੀ ਚਲਾ ਰਿਹਾ, ਉਸ ਗੱਡੀ ਦੇ ਵਿੱਚ ਉਹਨੂੰ ਇਕੱਲੇ ਨੂੰ ਵੀ ਮਾਸਕ ਪਾਉਣਾ ਪੈਣਾ, ਅਦਰਵਾਈਜ਼ ਉਹਦਾ ਚਲਾਨ ਕੱਟ ਦੇਣਾ। ਅਤੇ ਆਹ ਦੇਖੋ ਆਪਣੇ ਭਾਨਾ ਜੀ, ਸਾਡੇ ਭਾਨੇ, ਇਹ ਵਿਚਾਰਾ ਬੈਂਟੀ ਵੈਨ 'ਚ ਵੀ ਮਾਸਕ ਪਾ ਕੇ ਬੈਠਾ ਵਾ, ਮੇਰਾ ਚਲਾਨ ਨਾ ਕੱਟਿਆ ਜਾਵੇ। ਬੈਂਟੀ ਵੈਨ 'ਚ ਹੀ ਚਲਾਨ ਕੱਟਿਆ ਜਾਵੇ ਇਹਦਾ ਕਹਿੰਦਾ ਉਰੇ। ਸੋ ਪਤਾ ਨਹੀਂ ਯਾਰ, ਤੁਸੀਂ ਕੀ ਕਹਿਣਾ ਚਾਹ ਰਹੇ ਹੋ ਇਹਦੇ ਬਾਰੇ? ਤੁਹਾਡਾ ਕੀ ਉਹ ਆ, ਤੁਹਾਨੂੰ ਕੀ ਲੱਗਦਾ ਵਾ ਵੀ? ਇੱਕ ਤੁਹਾਨੂੰ ਮੈਸੇਜ ਆਈ ਜਾਂਦੇ, ਪੜ੍ਹ ਲਾਂ ਸਾਰਿਆਂ ਦੇ ਵਿੱਚ ਨਾਲ ਨਾਲ। ਲਵ ਯੂ ਟੂ ਬ੍ਰਦਰ, ਥੈਂਕ ਯੂ ਸੋ ਮੱਚ। ਤੁਹਾਨੂੰ ਕੀ ਲੱਗਦਾ ਵੀ ਇਹ ਗੱਡੀ ਦੇ ਵਿੱਚ ਜੇ ਇੱਕ ਬੰਦਾ ਜਾਂਦਾ, ਉਹਦੇ ਮਾਸਕ ਪਾਇਆ ਹੋਣਾ ਚਾਹੀਦਾ? ਚਲੋ, ਰੂਲ ਰੈਗੂਲੇਸ਼ਨ ਫੋਲੋ ਕਰਨੇ ਚਾਹੀਦੇ ਆ। ਮੈਂ ਵੀ ਜਦੋਂ ਇੱਧਰ ਕਿਤੇ ਖੱਬੇ ਸੱਜੇ ਜਾਂਦਾ ਵਾਂ, ਅਤੇ ਅਸੀਂ ਕਈ ਵਾਰੀ ਹੁੰਦੇ ਹਾਂ, ਮੈਂ ਭਾਨਾ ਹੁੰਦਾ, ਬਲਜੀਤ ਭਾਅ ਜੀ, ਅਸੀਂ ਇੱਕੇ ਘਰ 'ਚ ਰਹਿੰਦੇ ਹਾਂ 24 ਘੰਟੇ ਇਕੱਠੇ ਹੀ ਹੁੰਦੇ ਹਾਂ, ਅਸੀਂ 3-4 ਦਿਨ ਕਿੰਨੇ ਦਿਨ ਹੋ ਗਏ, ਅਤੇ ਅਸੀਂ ਜਾਂਦੇ ਜਾਂਦੇ ਪਾ ਕੇ ਆਹ ਮਾਸਕ ਜਿਹਾ ਰੋਜ਼ ਜਾਂਦੇ ਹਾਂ। ਲਾਡੀ ਜਿਹੜਾ ਮੈਨੂੰ, ਅਸੀਂ ਉੱਥੇ ਹੀ ਰਹਿੰਦੇ ਹਾਂ, ਉੱਥੇ ਹੀ ਹੁੰਦੇ ਹਾਂ। ਪਤਾ ਨਹੀਂ ਯਾਰ ਕੀ ਆ, ਕਹਿੰਦਾ ਕੀ ਕਹਿ ਰਿਹਾ ਬਾਈ ਜੀ? ਭਾਅ ਜੀ ਕਹਿੰਦਾ ਗਾਣੇ ਕੱਢੀ ਜਾਓ, ਗੁਜਰਾਤ ਸੇ ਹੂੰ। ਕਹਿੰਦਾ ਮੈਂ ਗੁਜਰਾਤ ਵਾਲਿਓ, ਕਿੱਦਾਂ ਠੀਕ ਠਾਕ ਹੋ? ਸਮਝਾਓ ਕੁਛ ਆਪਦੇ ਗੁਜਰਾਤੀ ਭਾਈ ਨੂੰ, ਸਮਝਾਓ ਵੀ ਇਹ ਜਿਹੀਆਂ ਚੀਜ਼ਾਂ ਨਾ ਕਰੋ ਬਾਈ, ਕਿਉਂ ਨਾਸ ਮਾਰਿਆ? ਅਤੇ ਕਹਿੰਦੇ ਐਵੇਂ ਪਾਗਲ ਪੰਥੀ ਆ ਗਿੱਪੀ ਵੀਰੇ, ਕੀ ਯਾਰ ਸਮਝ ਨਹੀਂ ਆਉਂਦੀ। ਹੁਣ ਤਾਂ ਨਾ, ਪਹਿਲਾਂ ਤਾਂ ਆਪਾਂ ਆਈਡੀਏ ਤੁੱਕੇ ਤੱਕੇ ਜੇ ਲਾਉਂਦੇ ਸੀ ਵੀ ਐਂ ਹੋ ਜਾਣਾ, ਅਗਲੇ ਮਹੀਨੇ ਤੱਕ ਆਹ ਹੋਜੂ, ਆਹ ਚੀਜ਼ ਦਾ ਉਹ ਨਹੀਂ ਫਾਇਦਾ, ਉਹ ਚੀਜ਼ ਦਾ ਜੇ ਨਹੀਂ ਫਾਇਦਾ। ਹੁਣ ਤਾਂ ਯਾਰ ਸਮਝ ਆਉਣ, ਉਹ ਚੀਜ਼ਾਂ ਹਟ ਚੱਲੀਆਂ, ਸਮਝ ਨਹੀਂ ਲੱਗਦੀ ਹੈਗੀ ਜਾਨੂੰ। ਕੋਈ ਕੰਮ ਧੰਦਾ ਕਿਸੇ ਨਾ ਕਿਸੇ ਦਾ ਕੋਈ ਸ਼ੁਰੂ ਹੋਣ ਲੱਗਦਾ, ਫਿਰ ਆਹ ਜਿਹੜੇ ਆਹ ਚੀਜ਼ਾਂ ਨੇ, ਇਹਦੇ 'ਚ ਕੀ ਆ ਵੀ ਜਿਨ੍ਹਾਂ ਦਾ ਕੰਮ ਧੰਦਾ ਮਾੜਾ ਮੋਟਾ ਚੱਲਦਾ, ਉਹਨਾਂ ਨੂੰ ਤਾਂ ਕੋਈ ਬਾਹਲੀ ਪ੍ਰੋਬਲਮ ਨਹੀਂ ਹੋਣੀ ਹੈਗੀ। ਜਿਹੜੇ ਵਿਚਾਰੇ ਮਿਡਲ ਕਲਾਸ ਨੇ ਜਾਂ ਉਸ ਤੋਂ ਥੱਲੇ ਵਾਲੇ ਬੰਦੇ ਨੇ ਜਾਂ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਰੋਟੀ ਦਾ ਵਿਚਾਰਿਆਂ ਨੂੰ ਔਖਾ, ਹੈਂਡ ਟੂ ਮਾਊਥ ਨੇ, ਉਹ ਕਿੱਦਾਂ ਸਰਵਾਈਵ ਕਰਨਗੇ ਯਾਰ? ਮੈਨੂੰ ਤਾਂ ਇਹੀ ਸਮਝ ਨਹੀਂ ਲੱਗਦੀ ਹੈਗੀ ਵੀ ਉਹਦਾ ਕੀ ਹੀਲਾ ਹੋਊ, ਕੀ ਇਲਾਜ ਹੋਊਗਾ। ਲੋਕਾਂ ਕੋਲ ਵਿਚਾਰਿਆਂ ਕੋਲ ਰੋਟੀ ਖਾਣ ਨੂੰ ਨਹੀਂ ਹੈਗੀ, ਆਪਾਂ ਉਹਨਾਂ ਨੂੰ ਘਰੇ ਬਿਠਾ ਦਿੰਦੇ ਹਾਂ ਵੀ ਤੁਸੀਂ ਆਹ ਕਰੋ, 9 ਵਜੇ ਤੋਂ 9 ਨਹੀਂ ਜਾਂਦੇ। ਹੁਣ ਇੱਕ ਹੋਰ ਸੇ ਆਪਾਂ, ਤੈਨੂੰ ਪਤਾ ਚੰਡੀਗੜ੍ਹ ਦੇ ਅੱਡ ਰੂਲ ਨੇ, ਚੰਡੀਗੜ੍ਹ ਵਾਲੇ ਦਾ ਕਹਿ ਰਿਹਾ ਵੀ ਤੁਸੀਂ ਪਤਾ ਨਹੀਂ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਕੰਮ ਹੀ ਨਹੀਂ ਕਰ ਸਕਦੇ। ਠੀਕ ਆ, ਹੁਣ ਜਿਹੜੇ ਸਾਡੇ ਮੁੰਡੇ 1-2 ਵਿਚਾਰੇ ਕੰਮ ਕਰਦੇ ਆ ਘਰੇ ਵੀ ਜਾਂ ਹੋਰ ਵੀ, ਉਹਨਾਂ ਦੇ ਵਿਚਾਰਿਆਂ ਦੇ ਜਿਹੜੇ ਘਰ ਨੇ ਉਹ ਚੰਡੀਗੜ੍ਹ ਟੱਪ ਕੇ ਪਰਲੇ ਪਾਸੇ ਨੇ, ਉਹ ਨਵੇਂ ਨਵੇਂ ਗਰਾਂ ਵਾਲੇ ਪਾਸੇ ਜਾਂ ਹੋਰ ਪਾਸੇ ਨੇ ਜਿਹੜੇ ਆ। ਹੁਣ ਉਹ ਵਿਚਾਰੇ ਜੇ ਨਹੀਂ ਆਉਂਦੇ ਤਾਂ ਅਗਲੇ ਕਹਿੰਦੇ ਯਾਰ ਸਾਡਾ ਤਾਂ ਕੰਮ ਹੁਣ ਬੰਦਾ ਘਰੇ ਚਾਹੀਦਾ ਹੁੰਦਾ, ਉਹ ਵਿਚਾਰਿਆਂ ਨੂੰ ਹੁਣ ਜਾਂ ਤਾਂ ਉਹ ਛੁੱਟੀ ਮਾਰਨ ਜਾਂ ਉਹ ਘਰੇ ਬਹਿਣ, ਅਤੇ ਉਹਨਾਂ ਦਾ ਕੰਮ ਛੁੱਟ ਜੂ। ਪਤਾ ਹੀ ਨਹੀਂ ਲੱਗਦਾ, ਇੱਦਾਂ ਹਜ਼ਾਰਾਂ ਹੀ ਲੋਕ ਐਂ ਕੰਮ ਕਰ ਰਹੇ ਨੇ, ਅੱਡ ਅੱਡ ਰੂਲ ਰੈਗੂਲੇਸ਼ਨ ਬਣਾ ਤੇ, ਪਤਾ ਹੀ ਨਹੀਂ ਸਾਲਾ ਕੀ, ਸਮਝ ਹੀ ਨਹੀਂ ਆ ਰਹੀ ਹੈਗੀ। ਤੈਨੂੰ ਲੱਗਦਾ ਵੀ ਤੇਰੀ ਇਹ ਗੱਲ ਕੋਈ ਸੁਣੀ ਜਾਊਗੀ? ਤੇਰਾ ਹੋਰ ਬੇਚਾਰੇ ਇੰਨੀ ਟਾਈਮ ਤੋਂ ਧਰਨੇ ਤੇ ਬੈਠੇ, ਉੱਥੇ ਤਾਂ ਗੱਲ ਨੀ ਸੁਣੀ ਜਾ ਰਹੀ ਹੈਗੀ, ਹੱਦ ਹੀ ਹੋ ਗਈ ਸਾਲੀ, ਮਤਲਬ ਟੂ ਮੱਚ ਹੋ ਗਿਆ ਯਾਰ ਹੁਣ ਤਾਂ। ਕਿਆ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਆ ਦੁਨੀਆ, ਕਿਹੜੇ ਚੱਕਰਾਂ 'ਚ ਪੈ ਗਈ ਯਾਰ। ਚਲੋ ਤੁਸੀਂ ਆਪਦਾ ਸਾਰੇ ਜਾਣੇ ਧਿਆਨ ਰੱਖੋ, ਫਿਰ ਵੀ ਆਪਣੀ ਸਿਹਤ ਦਾ ਧਿਆਨ ਰੱਖੋ, ਆਪਣਾ ਧਿਆਨ ਰੱਖੋ, ਰੂਲ ਰੈਗੂਲੇਸ਼ਨ ਜੋ ਵੀ ਚੱਲ ਰਹੇ ਨੇ ਉਹਨਾਂ ਨੂੰ ਫੋਲੋ ਕਰੋ, ਕਿਉਂਕਿ ਐਵੇਂ ਕੋਈ
ਬੰਦਾ ਮਾਸਕ ਨਾ ਪਾ ਕੇ ਜਾਵੇ, ਐਵੇਂ ਕੋਈ ਜਿਹੜਾ ਜੋਬ ਦੇ ਉੱਤੇ ਪੁਲਿਸ ਵਾਲਾ ਖੜਾ, ਉਹਦੀ ਵੀ ਵਿਚਾਰੇ ਦੀ ਜੋਬ ਆ, ਉਹਦਾ ਕਸੂਰ ਤਾਂ ਕੋਈ ਹੈ ਨਹੀਂ ਗਾ, ਉਹ ਕਰੇ ਕੀ? ਅਤੇ ਬਾਈ ਦਲੇ ਕਹਿੰਦਾ ਕਣਕ ਨਹੀਂ ਚੱਕ ਰਹੇ ਜੀ, ਹੱਦ ਹੀ ਹੋ ਗਈ ਯਾਰ ਇਹ ਤਾਂ, ਜਿਹੜੀਆਂ ਚੀਜ਼ਾਂ ਚੱਕਣ ਵਾਲੀਆਂ ਉਹ ਚੱਕਣ ਵਾਲੇ ਬੰਦੇ ਹੀ ਚੱਕ ਰਹੇ ਨੇ। ਹਾਂ ਹੋਰ ਕੀ ਆ, ਅੱਧੇ ਕਰੋਨੇ ਦੇ ਨਾਂ 'ਤੇ ਚੱਕੀ ਜਾ ਰਹੇ ਨੇ, ਅੱਧੇ ਕਿਤੇ ਪਤਾ ਹੀ ਨਹੀਂ ਸਮਝ ਨਹੀਂ ਆ ਰਹੀ ਕੀ ਹੋ ਰਿਹਾ। ਚਲੋ ਵਾਹਿਗੁਰੂ ਮਿਹਰ ਕਰੂ, ਭਲੀ ਕਰੂ, ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਕਿ ਸਾਰਾ ਕੁਛ ਠੀਕ ਠਾਕ ਹੋ ਜਾਵੇ ਅਤੇ ਇਹ ਛੇਤੀ ਨਿਬੜੇ। ਤੁਸੀਂ ਕੈਨੇਡਾ ਬੈਠੇ ਹੋ ਬਾਈ? ਨਹੀਂ ਜੀ, ਮੈਂ ਇੰਡੀਆ ਜੀ, ਮੈਂ ਪੰਜਾਬ 'ਚ ਹਾਂ ਜੀ, ਪੰਜਾਬ ਬਹੁਤ ਟਾਈਮ ਹੋ ਗਿਆ ਜੀ ਮੈਨੂੰ, ਪੰਜਾਬ ਇੱਥੇ ਹੀ ਹਾਂ ਅਤੇ ਆਲ ਸੈੱਟ ਆ। ਗਾਣੇ ਦਾ ਵੀਰੇ ਅਪਡੇਟ, ਗਾਣੇ ਦਾ ਵੀਰੇ ਅਪਡੇਟ ਥੋੜ੍ਹੇ ਦਿਨਾਂ ਦੇ ਵਿੱਚ ਦਿੰਦੇ ਹਾਂ ਤੁਹਾਨੂੰ ਅਤੇ ਕਰ ਰਹੇ ਹਾਂ। ਚਲੋ ਅਤੇ ਓਕੇ ਆ ਜੀ। ਸੋ ਬਹੁਤ ਜ਼ਿਆਦਾ ਕੇਸ ਕਹਿੰਦੇ ਉਰੇ ਵੱਧ ਰਹੇ ਨੇ ਜੀ, ਸੋ ਸਾਰੇ ਜਣੇ ਪਲੀਜ਼ ਆਪਣਾ ਧਿਆਨ ਰੱਖਿਓ, ਇੱਕ ਵਾਰੀ ਫੇਰ ਦੁਬਾਰਾ ਮੈਂ ਕਹਿ ਰਿਹਾ ਵਾਂ। ਅਤੇ ਓਕੇ ਰਿਪੋਰਟ ਕੈਨੇਡਾ ਵਾਲੇ ਵੀ, ਉੱਥੇ ਵੀ ਬਹੁਤ ਕੇਸ ਡੇ ਬਾਏ ਡੇ ਅਪ ਹੋ ਰਹੇ ਨੇ ਬਹੁਤ ਜ਼ਿਆਦਾ, ਬਸ ਸਾਰੇ ਕੰਟਰੀਆਂ 'ਚ ਹੁਣ ਕਹਿ ਰਹੇ ਨੇ। ਅਤੇ ਉਹ ਜਿਹੜੇ ਟੀਕੇ ਭਾਨੇ ਜਿਹੜੇ ਲੱਗ ਰਹੇ ਨੇ, ਟੀਕੇ ਦਾ ਕੋਈ ਫਾਇਦਾ? ਵੈਕਸੀਨ ਪਤਾ ਨਹੀਂ ਲੱਗ ਰਿਹਾ, ਟੀਕੇ ਤੁਸੀਂ ਲਵਾ ਲਏ ਜੀ, ਨਹੀਂ ਲਵਾਏ ਫਿਰ ਵੀ ਲਵਾ ਲਓ ਜੀ, ਅੱਗੇ ਜਾ ਕੇ ਲਵਾਉਣੇ ਤਾਂ ਪੈਣੇ ਨੇ। ਪਰ ਇੱਕ ਮੁੱਦਾ ਉਹ ਨਾ, ਲੋਕਾਂ ਦਾ ਜਿਹੜਾ ਮਿਸਅੰਡਰਸਟੈਂਡ, ਮਿਸਗਾਈਡ ਹੋਏ ਨੇ ਲੋਕ। ਸੋਰੀ, ਟੀਕੇ ਲੱਗੇ ਤੋਂ ਬਾਅਦ ਵੀ ਕਈਆਂ ਨੂੰ ਕਰੋਨਾ ਹੋ ਜਾਂਦਾ? ਹਾਂ, ਟੀਕੇ ਲੱਗੇ ਤੋਂ ਬਾਅਦ ਕਰੋਨਾ ਤਾਂ ਹੋ ਜਾਣਾ, ਟੀਕੇ ਲੱਗੇ ਤੋਂ ਬਾਅਦ, ਟੀਕਾ ਕਰੋਨਾ ਨਹੀਂ ਰੋਕਦਾ ਹੈਗਾ, ਟੀਕਾ ਤੁਹਾਡੀ ਬੋਡੀ ਨੂੰ ਇਮਿਊਨ ਕਰਦਾ, ਬੋਡੀ ਦਾ ਜਿਹੜਾ ਲੈਵਲ ਆ ਉਹ ਅਪ ਕਰਦਾ ਵਾ, ਇਮਿਊਨ ਸਿਸਟਮ ਅਪ ਕਰਦਾ ਵਾ ਵੀ, ਕਿਉਂਕਿ ਟੀਕਾ ਟੀਕੇ ਨਾਲ ਇਹ ਆ ਵੀ ਤੁਸੀਂ ਲੜ ਸਕਦੇ ਹੋ, ਤੁਹਾਡੀ ਬੋਡੀ ਲੜ ਸਕਦੀ ਆ ਕਰੋਨਾ ਦੇ ਨਾਲ। ਬਟ ਫਿਰ ਵੀ ਆਇਆ ਵੀ ਜੇ ਮੇਰੇ ਟੀਕਾ ਲੱਗਿਆ, ਮੈਂ ਤੇਰੇ ਨਾਲ ਬੈਠਾ, ਤੇਰੇ ਨਹੀਂ ਲੱਗਿਆ, ਮੈਨੂੰ ਕਰੋਨਾ ਹੋ ਜਾਵੇ, ਮੇਰੀ ਬੋਡੀ ਤਾਂ ਉਹਨੂੰ ਸਰਵਾਈਵ ਕਰ ਜੂਗੀ, ਪਰ ਮੈਂ ਤੈਨੂੰ ਫਿਰ ਵੀ ਕਰ ਦੂੰਗਾ। ਪਰ ਉਹ ਲੋਕਾਂ ਨੂੰ ਇਹਦੀ ਨੌਲੇਜ ਨਹੀਂ ਸੀ, ਲੋਕਾਂ ਦਾ ਇਹੀ ਮਤ ਹੁੰਦਾ ਯਾਰ ਟੀਕਾ ਲਵਾ, ਹਾਂ ਕਰੋਨਾ ਹੋ ਗਿਆ, ਸੋ ਟੀਕੇ ਤਾਂ ਜਿਹਦੇ ਲੱਗਦੇ ਆ ਲਵਾਈ ਲਓ ਯਾਰ, ਹਾਂ ਕੀ ਕਰ ਸਕਦੇ ਆ। ਚਲੋ ਪਾਣੀ 'ਚ ਮਧਾਣੀ ਬਾਰੇ ਕੁਛ ਦੱਸੋ ਬਾਈ, ਕੀ ਦੱਸੀ ਯਾਰ, ਨਾ ਸਿਨਮੇ ਖੁੱਲ੍ਹੇ ਆ, ਪਹਿਲਾਂ ਹੀ ਖੁੱਲ੍ਹੇ ਨਹੀਂ ਸੀਗੇ, ਕੱਲ੍ਹ ਫੇਰ ਦੁਬਾਰਾ ਆ ਗਿਆ, ਕਹਿੰਦੇ ਸਿਨਮੇ ਰੈਸਟੋਰੈਂਟ ਫਲਾਣਾ ਟਿਕਾਣਾ ਸਭ ਬੰਦ, ਸੋ ਲੱਖਾਂ ਲੋਕ ਵਿਚਾਰੇ ਕੰਮ ਤੋਂ ਵਿਹਲੇ ਹੋ ਜਾਂਦੇ ਨੇ ਜਦੋਂ ਇਹ ਗੱਲ ਕਹਿੰਦੇ ਆ, ਹਜੇ ਕਿੰਨੇ ਸਿਨਮੇ ਨੇ ਪੰਜਾਬ ਦੇ ਵਿੱਚ ਅਤੇ ਕਿੰਨੇ ਰੈਸਟੋਰੈਂਟ ਨੇ, ਕਿੰਨੇ ਸਿਨਮੇ ਨੇ, ਕਿੰਨੀਆਂ ਚੀਜ਼ਾਂ ਹੋਰ ਜਿਹੜੀਆਂ ਬੰਦ ਕਰਤੀਆਂ, ਜਿੰਮ ਬੰਦ ਕਰਤੇ, ਉਹਨਾਂ ਪਤਾ ਹੀ ਨਹੀਂ ਯਾਰ ਉਹਨਾਂ ਦਾ, ਸਾਰਿਆਂ ਦਾ ਵਿਚਾਰਿਆਂ ਦਾ ਕੀ ਹੋਊਗਾ। ਚਲੋ ਜੋ ਵੀ ਆ, ਕਹਿੰਦੇ ਤੁਸੀਂ ਲਵਾ ਲਿਆ ਜੀ ਟੀਕਾ, ਮੈਂ ਤਾਂ ਆਪ ਨਹੀਂ ਜੀ ਲਵਾਇਆ ਹਾਲੇ, ਮੈਂ ਤਾਂ ਆਪ ਹੀ ਤੁਰਿਆ ਫਿਰਦਾ ਜੀ, ਅਤੇ ਪਤਾ ਹੀ ਨਹੀਂ ਲੱਗਦਾ, ਕਿਉਂਕਿ ਪੰਗਾ ਕੀ ਆ ਵੀ ਜਿਹਦਾ ਹਰ ਬੰਦੇ ਦੀ ਆਪਣੀ ਆਪਣੀ ਸੋਚ ਆ, ਹਰ ਬੰਦਾ ਆਪਣੇ ਅਕੋਰਡਿੰਗ ਦੱਸ ਦਿੰਦਾ, ਇੱਕ ਦਿਨ ਲਵਾਉਣ 'ਚ ਲਿਆਈ, ਕਈ ਕਹਿੰਦੇ ਠੀਕ ਆ, ਕਈ ਕਹਿੰਦੇ ਨਹੀਂ ਠੀਕ, ਉੱਦਣ ਫਿਰ ਮੈਂ ਰਹਿ ਗਿਆ ਜੀ ਹੁਣ, ਪਰ ਮੈਂ ਸੋਚਿਆ ਜੀ ਮੈਂ ਲਵਾ ਲੈਣਾ ਜੀ ਜਦੋਂ ਥੋੜ੍ਹੇ ਦਿਨਾਂ ਦੇ ਵਿੱਚ, ਤੁਸੀਂ ਵੀ ਪਲੀਜ਼ ਸਾਰੇ ਲਵਾਈ ਲਓ। ਸੋ ਠੀਕ ਆ ਜੀ, ਸਿਰਫ ਲਾਈਵ ਮੈਂ ਇਸੇ ਕਰਕੇ ਹੋਇਆ ਸੀਗਾ, ਮੈਂ ਕਹਿਣ ਦਾ ਤੁਹਾਨੂੰ ਇੰਨਾ ਹੀ ਸੀਗਾ ਵੀ ਤੁਸੀਂ ਆਪਣਾ ਧਿਆਨ ਰੱਖਿਓ, ਸਿਹਤ ਦਾ ਖਿਆਲ ਰੱਖਿਓ, ਪਤਾ ਨਹੀਂ ਇਹ ਚੀਜ਼ ਹੈ ਪਤਾ ਨਹੀਂ ਨਹੀਂ ਹੈ, ਬਣਾਈ ਹੋਈ ਆ ਜਾਂ ਹੈਗੀ ਆ ਜਾਂ ਕੁਛ ਵੀ ਆ, ਔਰ ਡੇ ਬਾਏ ਡੇ ਜਿਹੜੀਆਂ ਚੀਜ਼ਾਂ ਵੀ ਆ ਰਹੀਆਂ ਨੇ ਉਹਦੇ 'ਚ ਆਪਣਾ ਧਿਆਨ ਰੱਖੋ, ਐਵੇਂ ਆਪਾਂ ਕਿਸੇ ਵਹਿਮ ਦੇ ਚੱਕਰ 'ਚ ਆਪਣੇ ਸਿਹਤ ਨਾ ਖਰਾਬ ਕਰੀਏ, ਔਰ ਦੂਸਰਾ ਰੂਲ ਰੈਗੂਲੇਸ਼ਨਾਂ ਦਾ ਵੀ ਪਾਲਣ ਕਰੀਏ, ਐਵੇਂ ਕੋਈ ਪੁੱਠੀ ਸਿੱਧੀ ਗੱਲ ਹੋਵੇ, ਕੋਈ ਬੰਦਾ ਤੁਹਾਨੂੰ ਰੋਕ ਕੇ ਚਲਾਣ ਕੱਟੇ, ਨੁਕਸਾਨ ਹੋਵੇ, ਲੜਾਈ ਝਗੜਾ ਹੋਵੇ, ਸੋ ਪਲੀਜ਼ ਉਹ ਚੀਜ਼ਾਂ ਨੂੰ ਫੋਲੋ ਕਰੀਏ। ਬਟ ਕਈ ਚੀਜ਼ਾਂ ਮੈਂ ਨਹੀਂ ਪਾਉਂਦੇ, ਕੱਲ੍ਹ ਜਦੋਂ ਆਪਾਂ ਲੰਘੇ ਜਾਂਦੇ ਸੀ ਤੂੰ ਦੇਖਿਆ ਉੱਥੇ ਸਬਜ਼ੀ ਮੰਡੀ ਲੱਗੀ, ਰਾਤ ਵਜੇ ਸੀ 7:30 ਵਜੇ ਅਸੀਂ ਨਿਕਲੇ ਹਾਂ ਅਤੇ ਉਹ ਮੰਡੀ ਲੱਗੀ ਸੀ, ਉਹ ਕਹਿੰਦੇ ਵੀ ਉਹ ਮੰਡੀ 10-11 ਵਜੇ ਤੱਕ ਚੱਲਦੀ ਹੈ, ਇੱਥੇ ਮੋਹਾਲੀ ਕੋਈ ਮੰਡੀ ਚੱਲਦੀ ਸੀਗੀ, ਉੱਥੇ ਇੰਨਾ ਰਸ਼ ਸੀ ਮਤਲਬ ਅੰਤਾਂ ਦਾ ਰਸ਼, 50% ਬੰਦਿਆਂ ਨੇ ਮਾਸਕ ਪਾਏ ਹੋਣੇ ਨੇ, 50% ਬਿਨਾਂ ਮਾਸਕ ਤੋਂ ਸੀਗੇ, ਹੈ ਨਾ, ਅਤੇ ਪਤਾ ਨਹੀਂ ਕੀ ਹੋ ਰਿਹਾ ਵਾ। ਪਰ ਚਲੋ ਮੈਂ ਫਿਰ ਉਹੀ ਗੱਲ ਐਟ ਦਾ ਐਂਡ ਮੁਕਾਉਂਦੇ ਹਾਂ ਵੀ ਆਪਣਾ ਧਿਆਨ ਰੱਖੋ, ਤੁਸੀਂ ਆਏ ਤੁਸੀਂ ਇਹ ਸੋਚ ਕੇ ਚੱਲੋ ਵੀ ਹਰ ਬੰਦੇ ਨੂੰ ਕਰੋਨਾ ਵਾ, ਆਪਾਂ ਕਿੱਦਾਂ ਬਚਣਾ ਵਾ, ਸੋ ਜੇ ਇੱਦਾਂ ਸੋਚਾਂਗੇ ਤਾਂ ਹੀ ਆਪਣਾ ਬਚਾਅ ਹੋ ਸਕਦਾ ਵਾ। ਸੋ ਲਵ ਯੂ, ਟੇਕ ਕੇਅਰ ਜੀ, ਆਪਣਾ ਧਿਆਨ ਰੱਖੋ, ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ, ਗੋਡ ਬਲੈਸ ਯੂ, ਲਵ ਯੂ, ਅਤੇ ਸਭ ਕੁਝ ਬਾਬਾ ਛੇਤੀ ਠੀਕ ਕਰੇ। ਥੈਂਕ ਯੂ ਸੋ ਮਚ।